ਤਤਿ ਸ਼੍ਰੀ ਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਜੇ ਜੇਲ੍ਹ ਵਾਰਡਨ ਦੀ ਸੈਕੰਡ ਬੇਟਿੰਗ ਲਿਸਟ ਬਾਰੇ ਠੀਕ ਹੈ ਜੀ ਵੀ ਬੇਟਿੰਗ ਲਿਸਟ ਆ ਸਕਦੀ ਹੈ ਕਿ ਨਹੀਂ ਆ ਸਕਦੀ ਹੈ ਠੀਕ ਹੈ ਜੀ ਇਹਦੇ ਬਾਰੇ ਬਥੇਰੇ ਬੱਚਿਆਂ ਦੇ ਮਨ ਦੇ ਵਿੱਚ ਡਾਊਟ ਹੈ ਜੀ ਵੀ ਲਿਸਟ ਆਵੇਗੀ ਕਿ ਨਹੀਂ ਆਵੇਗੀ ਉਹਦੇ ਬਾਰੇ ਡਿਟੇਲ ਆਪਾਂ ਨੇ ਹੋ ਕਰਨੀ ਹੈ ਜੀ ਉਸ ਤੋਂ ਬਾਅਦ ਸੈਕੰਡ ਕੀ 30% ਵਾਲੇ ਨੰਬਰ ਵਾਲੇ ਸਟੂਡੈਂਟ ਨੂੰ ਫਿਜ਼ੀਕਲੀ ਬੁਲਾਇਆ ਜਾ ਸਕਦਾ ਪਰ ਦੇਖੋ ਨੰਬਰ 1 ਤੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਅਸੀਂ ਬਿਜੜੇ ਸਿਲੈਕਟ ਕਰਨੇ ਤੇ ਜੀ ਜੇਲਵਾੜਨ ਦੇ ਵਿੱਚ ਕਿਉਂਕਿ ਮੈਰਿਟ ਲਿਸਟ ਆ ਚੁੱਕੀ ਹੈ ਜੀ ਉਹਦੇ ਵਿੱਚ 40% ਤੋਂ ਉੱਪਰ ਵਾਲੇ ਸਾਰੇ ਚੱਕ ਲੈ ਜੀ 44 ਤੋਂ ਠੀਕ ਹੈ 44% ਤੋਂ ਜਿਹੜੇ ਜਰਨਲ ਤੇ ਤੇ ਹੁਣ ਆਪਾਂ ਨੂੰ ਉਮੀਦ ਹੈ ਵੀ ਇਸ ਤੋਂ ਨਿਚਲੇ ਨੂੰ ਵੀ ਚੱਕਣਗੇ ਦੇਖੋ ਕਈ ਬੱਚੇ ਦੇ ਮਨ ਦੇ ਵਿੱਚ ਡਾਊਟ ਹੁੰਦਾ ਵੀ 25 ਤੋਂ 30% ਵਾਲੇ ਪਾਸ ਕਿ ਹੈਗੇ ਇਹਨਾਂ ਨੇ ਵੀ ਤਾਂ ਅਸੀਂ ਵੀ ਪਾਸ ਹੋਵਾਂਗੇ ਦੇਖੋ ਪਾਸ ਹੋਣ ਦੀ ਗੱਲ ਹੀ ਵਾਲੀ ਹੈ ਅਲੱਗ ਹੈ ਤੇ ਜਿਹੜੀ ਮੈਰਿਟ ਦੇ ਵਿੱਚ ਆਉਣ ਵਾਲੀ ਗੱਲ ਉਹ ਅਲੱਗ ਹੈ ਤੇ ਸਲੀਟਾਂ ਨੇ ਕੀ ਕਰਨਾ ਹੈ ਹੁਣ ਨੰਬਰ 1 ਤੇ ਤੁਹਾਡੇ ਮਨ ਦੇ ਵਿੱਚ ਇਹ ਡਾਊਟ ਤਾਂ ਕੱਢ ਦੋ ਵੀ ਸੈਕੰਡ ਲਿਸਟ ਆਵੇਗੀ ਠੀਕ ਹੈ ਜੀ ਤੁਸੀਂ ਆਪਣੀ ਤਿਆਰੀ ਖਿੱਚੋ ਹੋਰ ਜਿਵੇਂ ਕਾਂਸਟੇਬਲ ਦਾ ਆ ਰਿਹਾ ਹੈ ਹੈੱਡ ਕਾਂਸਟੇਬਲ ਹੈ ਇਹ ਸਾਰੇ ਆ ਰਹੇ ਨੇ ਜੀ ਇਹਨਾਂ ਦੀ ਫਿਜ਼ੀਕਲ ਦੀ ਤਿਆਰੀ ਖਿੱਚੋ ਜਿੰਨਾਂ ਜਿੰਨਾਂ ਨੇ ਇਹ ਭਰੇ ਹੋਏ ਨੇ ਠੀਕ ਹੈ ਜੀ ਬਾਕੀ ਕਿਉਂਕਿ ਇਹਦੀ ਕੋਈ ਉਮੀਦ ਨਹੀਂ ਹੈਗੀ ਕੋਈ ਵੀ ਉਮੀਦ ਨਹੀਂ ਹੈਗੀ ਹਾਲੇ ਤੱਕ ਕਿਉਂਕਿ ਇਹਨਾਂ ਨੇ ਹੱਦ ਤੋਂ ਵੱਧ ਬੱਚੇ ਬੁਲਾਏ ਹੋਏ ਨੇ ਜੀ ਹਲੇ ਕਿ 46% ਤੋਂ ਤੁਸੀਂ ਲਾ ਲਓ ਉੱਪਰ ਉੱਪਰ ਵਾਲੇ ਬਹੁਤ ਬੱਚੇ ਤੇ ਜੀ ਸੋ ਜਿਹੜੇ ਬੁਲਾਏ ਹੋਏ ਨੇ ਘੱਟੋ ਘੱਟ 10 ਗੁਣਾ ਬੱਚੇ ਬੁલાਏ ਤੇ ਜੀ ਜਿਹਦੇ ਵਿੱਚੋਂ ਹੁਣ ਤੁਸੀਂ ਲਾ ਲੋ 10 ਗੁਣਾ ਨੂੰ ਛਾਂਟਦੇ ਛਾਂਟਦੇ ਸਿਰਫ ਇਹਨਾਂ ਨੇ 10% ਰੱਖਣੇ ਨੇ ਇਹ ਦੱਸਣਾ ਚਾਹੁੰਦਾ ਜੀ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਜੀ ਵੀ ਤੁਹਾਨੂੰ ਸੱਚ ਦੇ ਰਾਹ ਤੇ ਲੈ ਕੇ ਜਾਣਾ ਹੈ ਵੀ ਤੁਹਾਨੂੰ ਉਹੀ ਇੱਧਰ ਉੱਧਰ ਦੀਆਂ ਗੱਲਾਂ ਦੱਸ ਦੱਸ ਕੇ ਤੁਹਾਨੂੰ ਉਹੀ ਨਹੀਂ ਗਲਤ ਰਸਤੇ ਪਾਉਣਾ ਠੀਕ ਹੈ ਜੀ ਤਾਂ ਕਰਕੇ ਤੁਸੀਂ ਆਪਦੀ ਹੋਰ ਦੀ ਤਿਆਰੀ ਕਰੋ ਕਾਂਸਟੇਬਲ ਦੀ ਤਿਆਰੀ ਕਰੋ ਹੈੱਡ ਕਾਂਸਟੇਬਲ ਦੀ ਕਰੋ ਠੀਕ ਹੈ ਜੀ ਤਾਂ ਇਸ ਬਾਰੇ ਹੁਣ ਤਾਂ 100% ਜਿਹੜੇ ਸਿਲੈਕਟ ਹੋਣਗੇ ਜੀ ਉਹ ਪਹਿਲੇ ਹੀ ਇਹਨਾਂ ਨੇ ਮੈਰਿਟ ਲਿਸਟ ਜਾਰੀ ਕਰ ਦਿੱਤੀ ਹੈ ਉਸ ਤੋਂ ਬਾਅਦ ਹੁਣ ਹੋਰ ਦੀ ਚਿਲਿਆਂ ਨੂੰ ਕੋਈ ਉਮੀਦ ਨਹੀਂ ਹੈਗੀ ਜੀ ਠੀਕ ਹੈ ਤੇ ਬਾਕੀ ਲਾਸਟ ਵਾਰ ਕਹਿਣਾ ਚਾਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਣੇ ਸਬਸਕ੍ਰਾਈਬ ਨਹੀਂ ਕਰਿਆ ਤੇ ਲਾਈਕ ਕਰਦੇ ਕੋ ਲਾਈਕ ਨਾਲ ਤੁਹਾਡੇ ਨਾਲ ਮੋਟੀਵੇਸ਼ਨ ਮਿਲਦਾ ਸਾਨੂੰ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਸਾਡਾ ਇੰਸਟਾਗ੍ਰਾਮ ਨਾਲ ਇੰਸਟਾਗ੍ਰਾਮ ਜੁਆਇਨ ਕਰ ਲਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ